ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਕੁਝ ਦਿਨ ਪਹਿਲਾਂ ਜ਼ਿਲ੍ਹਾ ਕਪੂਰਥਲਾ ਦੇ ਪੋਸ਼ ਇਲਾਕਾ ਗੋਪਾਲ ਪਾਰਕ ਖੇਤਰ ਦੀ ਇੱਕ ਕੋਠੀ 'ਚ ਘਰ ਦੇ ਮੈਂਬਰਾਂ ਦੀ ਰੈਕੀ ਕਾਰ ਘਰ 'ਚ ਮੌਜੂਦ ਇਕੱਲੀ ਬਜ਼ੁਰਗ ਮਹਿਲਾ ਤੋਂ ਤੇਜ਼ ਹਥਿਆਰਾਂ ਦੀ ਨੋਕ 'ਤੇ ਇੱਕ ਵਿਅਕਤੀ ਵੱਲੋਂ 5 ਤੋਲੇ ਸੋਨੇ ਨਾਲ ਬਣੇ ਗਹਿਣੇ, 1 ਮੋਬਾਈਲ ਫੋਨ ਅਤੇ 1 ਲੱਖ ਰੁਪਏ ਕੈਸ਼ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜੋਗਿੰਦਰ ਸਿੰਘ ਨੂੰ ਥਾਣਾ ਸਿਟੀ ਪੁਲਿਸ ਨੇ ਕਾਬੂ ਕਰ ਲਿਆ ਹੈ। ਪ੍ਰੈਸ ਕਾਨਫਰੰਸ ਦਾ ਆਯੋਜਨ ਕਰ ਜਾਣਕਾਰੀ ਦਿੰਦੇ DSP ਸਬ ਡਿਵੀਜ਼ਨ ਕਪੂਰਥਲਾ ਸਰਬਜੀਤ ਸਿੰਘ ਨੇ ਦੱਸਿਆ ਕਿ ਆਰੋਪੀ ਜੋਗਿੰਦਰ ਸਿੰਘ ਪਹਿਲਾਂ ਵੀ 3 ਕਤਲ ਦੇ ਕੇਸਾਂ 'ਚ ਉਮਰ ਕੈਦ ਦੀ ਸਜ਼ਾ ਕੱਟ ਸਨ 2000 'ਚ ਬਾਹਰ ਆਇਆ ਸੀ। ਪੁਲਿਸ ਨੇ ਆਰੋਪੀ ਖਿਲਾਫ਼ ਮਾਮਲਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰ ਉਹ ਉਸ ਦਿਨ ਸਵੇਰੇ ਇਕੱਲੇ ਹੀ ਘਰ ਸੀਗੇ, ਉਹਨਾਂ ਦੇ ਹਸਬੈਂਡ ਬਾਹਰ ਕੰਮ 'ਤੇ ਗਏ ਹੋਏ ਸੀਗੇ ਔਰ ਇੱਕ ਬੰਦਾ ਐਂਟਰ ਹੋਇਆ, ਉਹਨੇ ਹਥਿਆਰਾਂ ਦੀ ਨੋਕ ਦੇ ਉੱਤੇ ਉਹਨਾਂ ਦਾ ਗੋਲਡ ਸਾਰਾ ਔਰ ਘਰ ਦੇ ਵਿੱਚ ਜਿਹੜਾ ਕੈਸ਼ ਪਿਆ ਸੀ ਉਹ ਲੁੱਟ ਕੇ ਲੈ ਗਿਆ ਸੀਗਾ। ਜਿਸ ਦੇ ਸੰਬੰਧ ਵਿੱਚ ਅਸੀਂ FIR ਨੰਬਰ 226 ਦਰਜ ਕਰਕੇ ਫਰਦਰ ਇਹਦੀ ਇਨਵੈਸਟੀਗੇਸ਼ਨ ਕੀਤੀ ਔਰ ਟੈਕਨੀਕਲੀ ਅਸੀਂ ਇਹਦੇ 'ਤੇ CCTV ਫੋਟੇਜ 'ਤੇ ਫੋਕਸ ਕੀਤਾ ਔਰ ਜਿਹੜੇ ਕੈਮਰੇ ਲੱਗੇ ਹੋਏ ਸੀਗੇ ਰੋਡਸ ਦੇ ਉੱਤੇ ਐਂਡ ਗਲੀਆਂ ਦੇ ਵਿੱਚ ਉਹਦੇ 'ਤੇ ਵਰਕ ਕਰਕੇ ਸਾਡੀ ਟੀਮ ਨੇ ਸਿਟੀ ਕਪੂਰਥਲਾ ਤੋਂ ਆਪਣੇ ਪ੍ਰੋਫੈਸ਼ਨਲ DSP ਸਾਹਿਬ, ਸਾਡੇ ਸਰ ਸੁਖਵਿੰਦਰਪਾਲ ਜੀ ਅਤੇ SHO ਸਾਹਿਬ ਸਰ ਸੁਖਪਾਲ ਸਿੰਘ ਜੀ ਔਰ ਇਹਨਾਂ ਦੀ ਟੀਮ ਨੇ 3-4 ਦਿਨ ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਸਾਨੂੰ ਜਿਹੜੀ ਫੋਟੇਜ ਮਿਲੀ ਔਰ ਜਿਹੜੀ ਆਈਡੈਂਟੀਫਿਕੇਸ਼ਨ ਉਸ ਬੀਨਾ ਕੁਮਾਰੀ ਜੀ ਨੇ ਕੀਤੀ ਸੀਗੀ, ਉਹਦੇ ਬਿਹਾਫ 'ਤੇ ਅਸੀਂ ਇਹ ਬੰਦਾ ਜੋਗਿੰਦਰ ਸਿੰਘ ਨਾਂ ਦਾ ਬੰਦਾ ਜਿਹੜਾ ਕਿ ਅਸੀਂ ਰਾਊਂਡ ਅਪ ਕੀਤਾ ਔਰ ਉਹਦੇ ਤੋਂ ਜਿਹੜੀ ਰਿਕਵਰੀ ਆ ਸਾਰੀ ਦੀ ਸਾਰੀ ਹੀ ਰਿਕਵਰੀ ਜਿਹੜੀ ਉਹ ਲੇਡੀਜ਼ ਦੀਆਂ ਚੂੜੀਆਂ, ਚੈਨੀ, ਕੰਨਾਂ ਦੀਆਂ ਵਾਲੀਆਂ ਔਰ ਮੋਬਾਈਲ ਸੈੱਟ ਸੀ ਜਿਹੜਾ, ਉਹ ਸਾਰੀਆਂ ਸਾਰਾ ਸਾਡਾ ਰਿਕਵਰੀ ਹੋ ਗਈ। ਕਰੀਬ ਇਹਨਾਂ ਨੇ ਜੋ FIR ਦੇ ਵਿੱਚ ਲਿਖਾਇਆ ਸੀ 1 ਲੱਖ ਦੇ ਕਰੀਬ ਅਮਾਊਂਟ ਲਿਖਾਈ ਸੀ ਔਰ ਗੋਲਡ ਜਿਹੜਾ ਸਾਰਾ ਦਾ ਸਾਰਾ ਹੀ ਸਾਨੂੰ ਮਿਲ ਗਿਆ ਔਰ ਸਾਡੇ ਮਾਨਯੋਗ SSV ਸਾਹਿਬ ਵੱਲੋਂ ਜਿਹੜੀ ਹੁਣ ਨਵੀਂ ਸ਼ੁਰੂਆਤ ਕੀਤੀ ਗਈ ਹੈ ਔਰ ਬਹੁਤ ਸਰਾਹਣਾਯੋਗ ਹੈ ਔਰ ਜਿਹੜੇ ਮਦਈ ਨੂੰ ਬਹੁਤ ਹੀ ਗੇੜੇ ਗੜਨੇ ਪੈਂਦੇ ਹੁੰਦੇ ਸੀ ਥਾਣਿਆਂ ਵਿੱਚ ਸਪੁਰਦਗਾਰੀ ਲੈਣ ਲਈ, ਉਹਦੇ ਅੱਜ ਹੀ ਅਸੀਂ ਉਹਨਾਂ ਨੂੰ ਨਾਲ ਲੈ ਕੇ ਸਪੁਰਦਗਾਰੀ ਕਰਾਈ ਇਹਨਾਂ ਦੀ ਔਰ ਸਪੁਰਦਗਾਰੀ ਕਰਾ ਕੇ ਔਰ ਜਿਹੜਾ ਸਮਾਨ ਸੀਗਾ ਸਾਰਾ ਹੀ ਅੱਜ ਹੀ ਪ੍ਰੈਸ ਦੇ ਸਾਹਮਣੇ ਹੀ ਸਾਰਾ ਹੈਂਡਓਵਰ ਕੀਤਾ। ਇਹ ਪੁਰਾਣਾ ਮੁਲਜ਼ਮ ਹੈਗਾ ਆ, ਇਹਨ 89 ਦੇ ਵਿੱਚ 3 ਮਰਡਰ ਕੀਤਾ ਸੀਗਾ ਔਰ ਉਹਦੇ 'ਚ ਇਹਨੂੰ ਸਜ਼ਾ ਹੋਈ ਸੀ। ਉਹ ਸਜ਼ਾ ਖਤਮ ਕਰਨ ਤੋਂ ਬਾਅਦ ਕਰੀਬ ਇਹ 2000 ਦੇ ਵਿੱਚ ਜੇਲ੍ਹ ਤੋਂ ਬਾਹਰ ਆਇਆ ਔਰ ਇਹਨੂੰ ਜੇਲ੍ਹ 'ਚ ਰਹਿੰਦੇ ਹੋਏ ਜਿਹੜਾ ਉੱਥੋਂ ਦਾ ਐਕਸਪੀਰੀਅੰਸ ਉਹਦੀ ਪੂਰਾ ਇਹਨੇ ਉਹਦਾ ਕਹਿ ਲਈਏ ਵੀ ਫਾਇਦਾ ਚੱਕਿਆ ਔਰ 2 ਦਿਨ ਇਹ ਰੈਕੀ ਕਰਨ ਆਉਂਦਾ ਰਿਹਾ ਪਹਿਲਾਂ ਵੀ ਇਸ ਘਰ ਦੀ। ਉਹਦਾ 2 ਦਿਨ ਪਹਿਲਾਂ ਵਾਰਦਾਤ ਤਾਂ ਨਹੀਂ ਹੋ ਸਕੀ ਕਿਉਂਕਿ ਤਹਿਸੀਲ ਦੇ ਵਿੱਚ ਛੁੱਟੀਆਂ ਸੀ, ਕਿਉਂਕਿ ਚਮਨ ਲਾਲ ਜੀ ਤਹਿਸੀਲ ਦੇ ਵਿੱਚ ਕੰਮ ਕਰਦੇ ਔਰ ਉਸ ਦਿਨ ਹੀ ਤਹਿਸੀਲ ਖੁੱਲ੍ਹੀ ਔਰ ਜਦੋਂ ਹੀ ਘਰੋਂ ਨਿਕਲੇ ਘਰ ਦੇ ਵਿੱਚ ਐਂਟਰ ਕਰਕੇ ਇਹਨੇ 3 ਦਿਨ ਇਹਨੇ ਤੀਸਰੇ ਦਿਨ ਇਹਨੇ ਅਟੈਂਪਟ ਵਾਰਦਾਤ ਕੀਤੀ, 2 ਦਿਨ ਪਹਿਲਾਂ ਰੈਕੀ ਕਰਨ ਆਉਂਦਾ ਰਿਹਾ ਕਿਉਂਕਿ ਏਜ ਇਹਦੀ 60+ ਆ। ਐਜ਼ ਪਰ ਪੋਸੀਬਲ ਜੋ ਵੀ ਅਸੀਂ ਕੁਛ ਇਸ ਇੰਟੈਰੋਗੇਸ਼ਨ ਸਾਹਮਣੇ ਆਊਗਾ, ਫਿਲਹਾਲ ਜਿਹੜੀ ਇਹ ਵਾਰਦਾਤ ਸਾਡੀ ਰਿਕਵਰ ਹੋ ਗਈ ਆ। ਵਾਰਦਾਤ 'ਚ ਵਰਤਿਆ ਹੋਇਆ ਜਿਹੜਾ ਇਹਦਾ ਦਾਤਰ ਸੀ ਉਹ ਵੀ ਮਿਲ ਗਿਆ ਔਰ ਮੋਟਰਸਾਈਕਲ ਜਿਸ 'ਤੇ ਆਇਆ ਸੀ ਇਹਨੇ ਵਾਰਦਾਤ ਕਰ ਤੋਂ ਬਾਅਦ ਭੱਜਿਆ, ਉਹ ਮੋਟਰਸਾਈਕਲ ਰਿਕਵਰ ਹੋ ਗਿਆ। ਬਿਊਰੋ ਰਿਪੋਰਟ, ਦਾ TV NRI।